ਲੋ ਵੀ ਮਿੱਤਰੋ, ਬਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਨੈੱਟਫਲਿਕਸ 'ਤੇ ਆ ਗਈ ਹੈ, ਜਿਸ ਨੂੰ ਖੂਬ ਪਿਆਰ ਮਿਲ ਰਿਹਾ ਬਾਈ ਚਮਕੀਲਾ ਦੇ ਚਾਹੁਣ ਵਾਲਿਆਂ ਵੱਲੋਂ। ਆਹ ਤੁਹਾਨੂੰ ਦਿਖਾ ਰਿਹਾ ਪਿੰਡ ਮਹਿਸੋਂਪੁਰ ਖੜ੍ਹੇ ਹਾਂ, ਇਸੇ ਘਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਜਿੱਥੇ ਸਾਡੀ ਗੱਡੀ ਖੜ੍ਹੀ ਆ, ਬਿਲਕੁਲ ਇਸੀ ਜਗ੍ਹਾ 'ਤੇ ਆ ਕੇ ਬਾਈ ਅਮਰ ਸਿੰਘ ਚਮਕੀਲਾ ਦੀ ਗੱਡੀ ਰੁਕਦੀ ਆ। ਸਭ ਤੋਂ ਪਹਿਲਾਂ ਬੀਬਾ ਅਮਰਜੋਤ ਜਦੋਂ ਗੱਡੀ 'ਚੋਂ ਉਤਰਦੇ ਆ ਤਾਂ ਸਭ ਤੋਂ ਪਹਿਲੀ ਗੋਲੀ ਜਿਹੜੀ ਬੀਬੀ ਅਮਰਜੋਤ ਦੇ ਲੱਗਦੀ ਹੈ, ਅਤੇ ਉਸ ਤੋਂ ਬਾਅਦ ਬਾਈ ਅਮਰ ਸਿੰਘ ਚਮਕੀਲਾ ਦੇ ਗੋਲੀਆਂ ਵੱਜ ਜਾਂਦੀਆਂ ਅਤੇ ਦੋਨੇ ਫਨਕਾਰ ਸਦਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ। ਇਸੇ ਘਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ, ਤੁਹਾਨੂੰ ਆ ਸਾਰਾ ਦਿਖਾਉਂਦੇ ਹਾਂ ਜਿੰਦੇ ਲੱਗੇ ਆ। ਅਕਸਰ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਸਾਰਾ ਇਸ ਘਰ ਦੇ ਬਾਰੇ, ਅਲੱਗ ਅਲੱਗ ਵੀਡੀਓ ਦੇ ਵਿੱਚ ਵੀ ਸਾਂਝ ਪਾਈ ਆ। ਇਮਤਿਆਜ਼ ਅਲੀ ਨੇ ਇਸ ਫਿਲਮ ਦੇ ਵਿੱਚ ਬਾ ਕਮਾਲ ਜਿਹੜੀ ਸਾਰੀ ਪੇਸ਼ਕਾਰੀ ਕੀਤੀ ਆ, ਕਿਉਂਕਿ ਉਹਨਾਂ ਨੇ ਸੱਚ ਦਿਖਾਇਆ ਇਸ ਫਿਲਮ ਦੇ ਅੰਦਰ। ਅਸੀਂ ਪਹਿਲਾਂ ਵੀ ਇਹ ਜ਼ਿਕਰ ਕਰਦੇ ਰਹੇ ਹਾਂ ਕਿ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੌਤ ਆ ਨਾ, ਉਸ ਸਮੇਂ ਦੇ ਜਿਹੜੇ ਸਮਕਾਲੀ ਸੀ ਉਹਨਾਂ ਨੂੰ ਬਾਈ ਅਮਰ ਸਿੰਘ ਚਮਕੀਲਾ ਬਹੁਤ ਰੜਕਦਾ ਸੀ, ਕਿਉਂਕਿ ਵੱਡੇ ਵੱਡੇ ਫਨਕਾਰ ਵਿਹਲੇ ਬਿਠਾ ਦਿੱਤੇ ਸੀ ਬਾਈ ਅਮਰ ਸਿੰਘ ਚਮਕੀਲਾ ਨੇ। ਸੋ ਇਸ ਫਿਲਮ ਦੇ ਵਿੱਚ ਇਮਤਿਆਜ਼ ਅਲੀ ਵੱਲੋਂ ਦਿਖਾਇਆ ਗਿਆ ਉਸ ਸਮੇਂ ਦੇ ਸਮਕਾਲੀ ਫਨਕਾਰ ਸੀਗੇ, ਉਹ ਬਾਈ ਅਮਰ ਸਿੰਘ ਚਮਕੀਲਾ ਤੋਂ ਜੈਲਸੀ ਕਰਨਾ ਸ਼ੁਰੂ ਕਰ ਦਿੰਦੇ ਆ। ਇਸ ਲਈ ਮਿੱਤਰੋ, ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੌਤ ਆ, ਉਸ ਦੇ ਕਈ ਪੱਖਾਂ ਤੋਂ ਉਸਨੂੰ ਦੇਖਿਆ ਜਾ ਸਕਦਾ ਸੀ। ਪਹਿਲਾਂ ਵੀ ਸਾਂਝ ਪਾ ਚੁੱਕੇ ਹਾਂ ਇਸ ਬਾਰੇ, ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਚੜ੍ਹਾਈ ਸੀ ਉਹ ਬਾਈ ਅਮਰ ਸਿੰਘ ਚਮਕੀਲਾ ਦੀ ਮੌਤ ਦਾ ਇੱਕ ਵੱਡਾ ਕਾਰਨ ਸੀ। ਇਸ ਦੇ ਨਾਲ ਹੀ ਬਾਈ ਅਮਰ ਸਿੰਘ ਚਮਕੀਲੇ ਦਾ ਜਿਹੜਾ ਇੱਕ ਦਲਿਤ ਰਵਿਦਾਸੀ ਆ ਸਮਾਜ 'ਚ ਪੈਦਾ ਹੋਣਾ ਅਤੇ ਵੱਡੇ ਵੱਡੇ ਫਨਕਾਰਾਂ ਨੂੰ ਚੋਟ ਕਰਨਾ, ਉਹਨਾਂ ਨੂੰ ਵਿਹਲੇ ਬਿਠਾ ਦੇਣਾ, ਇਹ ਬਰਦਾਸ਼ਤ ਤੋਂ ਬਾਹਰ ਸੀ ਉਹਨਾਂ ਫਨਕਾਰਾਂ ਦੇ ਲਈ। ਇਸ ਲਈ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੌਤ ਆ, ਜਿੱਥੇ ਇਸ ਸਾਜਿਸ਼ ਦੀ ਬੋ ਆਉਂਦੀ ਆ ਉਹਨਾਂ ਦੀ ਮੌਤ ਦੇ ਪਿੱਛੇ, ਉੱਥੇ ਹੀ ਉਹ ਜਿਹੜੇ ਫਨਕਾਰ ਬਾਈ ਅਮਰ ਸਿੰਘ ਚਮਕੀਲਾ ਤੋਂ ਨਫ਼ਰਤ ਕਰਨ ਲੱਗੇ ਸੀ, ਜੈਲਸੀ ਕਰਨ ਲੱਗੇ ਸੀ, ਉਹਨਾਂ ਦੀ ਜਿਹੜੀ ਭੂਮਿਕਾ ਆ ਉਹ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਦਿਖਾਈ ਦਿੰਦੀ ਆ। ਵੀ ਮਿੱਤਰੋ, ਬਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਜਿਹੜੀ ਨੈੱਟਫਲਿਕਸ 'ਤੇ ਤੁਸੀਂ ਦੇਖੀ ਆ, ਇਮਤਿਆਜ਼ ਅਲੀ ਵੱਲੋਂ ਜਿਹਨੂੰ ਡਾਇਰੈਕਟ ਕੀਤਾ ਗਿਆ, ਇਸ ਖੂਹ ਨੂੰ ਤੁਸੀਂ ਦੇਖਿਆ ਉਸ ਫਿਲਮ ਦੇ ਅੰਦਰ, ਕਿਉਂਕਿ ਇਮਤਿਆਜ਼ ਅਲੀ ਵੱਲੋਂ ਇਸੇ ਖੂਹ ਦੇ ਉੱਤੇ ਉਹ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ, ਕਿਉਂਕਿ ਰਿਐਲਿਟੀ ਦੇ ਵਿੱਚ ਵੀ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਇਸੇ ਖੂਹ ਦੇ ਉੱਤੇ ਇਸੇ ਹੀ ਚੁਬਾਰੇ ਦੇ ਉੱਤੇ ਰੁਕ ਕੇ ਉਹਨਾਂ ਨੇ ਆਖਰੀ ਵਾਰ ਪ੍ਰਸ਼ਾਦਾ ਛਕਿਆ ਸੀ। ਰਾਤੀ ਮਹਿਸਮਪੁਰ ਪਿੰਡ ਵੇ ਸਾਡੀ ਜਾਨ ਵੈਰੀਆਂ ਲਈ, ਰਾਤੀ ਮਹਿਸਮਪੁਰ ਪਿੰਡ ਵੇ ਸਾਡੀ ਜਾਨ ਵੈਰੀਆਂ ਲਈ।